ਕਿਹਾ ਇੱਧਰ ਦੇਖੀ ਆਹ ਵਿਊ ਚੈੱਕ ਕਰ ਯਾਰ, ਇਹ 954 5.5 ਲੱਖ ਰੁਪਏ ਤਨਖਾਹ ਬਣਦੀ ਹੈ ਇੰਡੀਆ ਦੇ ਹਿਸਾਬ ਨਾਲ ਲਾਈਏ ਤੇ। ਸੋ ਇਹ ਚੈੱਕ ਕਰੋ ਜੀ, ਇਹ ਹੈਗੇ ਨੇ ਸਵਿਸ ਫਰੈਂਕ, ਕੁੱਕੜ ਬਣਾ ਦੇਣਾ ਸਾਰਾ ਸਾਹਮਣੇ ਵਿੱਚ ਮਿਲ ਗਈ ਆਪਾਂ ਨੂੰ ਇੱਕ, ਤੇ ਉਹਦੇ ਉੱਪਰ ਆਪਾਂ ਆਪਣਾ ਟੈਂਟ ਲਾਇਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ। ਉਮੀਦ ਕਰਨਾ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਅਤੇ ਐਤਕੀ ਆਪਾਂ ਜਾ ਰਹੇ ਜੀ ਨਵੇਂ ਟੂਰ 'ਤੇ ਬੱਚਿਆਂ ਦੇ ਨਾਲ, ਬੱਚਿਆਂ ਨੂੰ ਛੁੱਟੀਆਂ ਹੋਈਆਂ ਸਕੂਲਾਂ ਤੋਂ, ਅਤੇ ਬੱਚਾ ਪਾਰਟੀ ਪਿੱਛੇ ਬੈਠੀ ਹੈ। ਬੱਚਾ ਪਾਰਟੀ ਸਤਿ ਸ਼੍ਰੀ ਅਕਾਲ ਬੁਲਾਓ ਸਾਰੇ ਜਣੇ। ਮੌਕਮ ਸਾਹਿਬ ਅਵਲੀਨ, ਅਤੇ ਇੱਧਰ ਬੈਠੇ ਨੇ ਸਰਬਜੀਤ। ਕਿੱਦਾਂ ਤਿਆਰ ਹੈ? ਠੀਕ ਹੈ। ਅਤੇ ਬੱਚਿਆਂ ਨਾਲ ਵੈਕੇਸ਼ਨਾਂ 'ਤੇ ਚੱਲੇ ਹਾਂ, ਅਤੇ ਕਿੱਦਾਂ ਦਾ ਸਾਡਾ ਟੂਰ ਰਹੇਗਾ ਨਵੇਂ ਵਲੌਗਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ। ਅਤੇ ਇਟਲੀ ਦੇ ਜਿਹੜੇ ਹਿੱਸੇ 'ਚ ਜਾ ਰਹੇ ਹਾਂ ਉਹ ਏਰੀਆ ਬੜਾ ਖਾਸ ਹੈ, ਸੋਹਣਾ ਹੈ, ਦੇਖਣ ਵਾਲਾ, ਘੁੰਮਣ ਵਾਲਾ, ਉਹ ਤੁਹਾਨੂੰ ਦਿਖਾਉਣਾ ਹੈ, ਘੁੰਮਾਉਣਾ, ਅਤੇ ਆਪ ਵੀ ਨਾਲ ਦੇਖਣਾ। ਅਤੇ ਉਮੀਦ ਕਰਨਾ ਤੁਹਾਨੂੰ ਜ਼ਰੂਰ ਵਧੀਆ ਲੱਗੇਗਾ। ਜੇ ਵਧੀਆ ਲੱਗਿਆ ਸ਼ੇਅਰ ਜ਼ਰੂਰ ਕਰਿਓ ਵੀ ਸਾਨੂੰ ਸਪੋਰਟ ਮਿਲੇਗੀ ਉਹਦੇ ਨਾਲ। ਤਿਆਰੀ ਇਹੀ ਕਰ ਲਈਏ, ਸਮਾਨ ਹੁਣ ਬਹੁਤ ਜ਼ਿਆਦਾ, ਅਸੀਂ ਕੈਂਪਿੰਗ ਕਰਨੀ ਉੱਥੇ ਜਾ ਕੇ, ਅਤੇ ਕਿੱਦਾਂ ਦਾ ਸਾਰਾ ਐਡਵੈਂਚਰ ਅਡਵੈਂਚਰ ਚੱਲ ਰਿਹਾ। ਨਿਆਣੇ ਸਾਡੇ ਨਾਲ ਨੇ, ਉਹ ਫਿਰ ਤੁਹਾਨੂੰ ਦਿਖਾਈ ਜਾਵਾਂਗੇ ਜਿੰਨਾ ਕੁ ਦਿਖਣ। ਭੁੱਖ ਲੱਗ ਗਈ ਕਹਿੰਦੇ, ਪਾਨੀਆਂ ਭੁੱਲ ਗਈਆਂ ਖਾਣ ਪੀਣ ਦਾ ਸਮਾਨ। ਠੀਕ ਹੈ ਜੀ। ਸੋ ਫਿਰ ਆਪਾਂ ਤੁਰ ਪਏ ਹਾਂ, ਕਿਹੜਾ ਰਸਤਾ ਪਲਾਨ ਕੀਤਾ ਉਹ ਤੁਹਾਨੂੰ ਮੜੇ ਦੱਸ ਦਿੰਦੇ ਹਾਂ। ਅੱਜ ਦੀ ਜਿਹੜੀ ਆਪਾਂ ਡੈਸਟੀਨੇਸ਼ਨ ਭਰੀ ਹੋਈ ਹੈ ਉਹ ਹੈਗਾ ਇਟਲੀ ਦਾ ਸ਼ਹਿਰ ਲਿਵੀਨੀਓ। ਲਿਵੀਨੀਓ ਹੈ ਜਿਹੜਾ ਉਹ ਸਵਿਟਜ਼ਰਲੈਂਡ ਦੇ ਬਾਰਡਰ ਦੇ ਨਜ਼ਦੀਕ ਪੈਂਦਾ ਹੈ। ਇੱਥੇ ਪਹੁੰਚਣ ਵਾਸਤੇ ਆਪਾਂ ਆਪਣੇ ਸ਼ਹਿਰ ਵਰੋਨਾ ਤੋਂ ਚੱਲ ਰਹੇ ਹਾਂ। ਬਰੇਸ਼ੀਆ ਦੇ ਕੋਲ ਮੋਟਰਵੇ ਛੱਡਦੇ ਹੋਏ, ਲੇਕ ਈਜ਼ੇ ਤੋਂ ਹੁੰਦੇ ਹੋਏ ਵੱਖਰੇ ਵੱਖਰੇ ਸਟੋਪ ਕਰਦੇ ਆਪਾਂ ਲਿਵੀਨੀਓ ਪਹੁੰਚਾਂਗੇ। ਗਾਇਸ, ਆ ਹੈਗੀ ਲੇਕ ਈਜ਼ੇਓ ਜਿਹੜੀ ਇਟਲੀ ਦੇ ਪ੍ਰੋਵਿੰਸ ਬਰੇਸ਼ੀਆ ਦੇ ਵਿੱਚ ਪੈਂਦੀ ਹੈ, ਅਤੇ ਉਹਦੇ ਕੋਲੋਂ ਲੰਘਣੇ ਪਿਆ। ਬੱਦਲ ਅਤੇ ਪਹਾੜ ਇੱਕ ਮਿਕ ਹੋਏ ਪਏ, ਇੱਕ ਮਿਕ, ਅਤੇ ਬੂੰਦਾਬਾਂਦੀ ਹੋਣੀ ਸ਼ੁਰੂ ਹੋ ਗਈ ਹੈ। ਠੀਕ ਠੀਕ ਠੀਕ, ਹੋਰ ਕਿਸੇ ਪਾਸੇ ਨੂੰ ਲੰਘ ਜਾਈਏ, ਗੱਲਾਂ ਦੇ ਚੱਕਰਾਂ, ਵਲੌਗ ਦੇ ਚੱਕਰਾਂ 'ਚ। ਆਏ ਐਨਕਾਂ ਅਵਲੀਨ ਦੀਆਂ, ਉਹ ਕੰਨੀਆਂ ਸੁਣੀਆਂ ਏ ਅਵਲੀਨ ਨੂੰ ਪਏ ਹੈ। ਤੂੰ ਖੁਸ਼ ਹੈ ਵੀ ਕੈਂਪਿੰਗ ਕਰਨ ਜਾਂਦੀ ਹੈ? ਹੈ, ਤੂੰ ਕੁਛ ਕਹਿਣਾ ਚਾਹੁੰਦੀ ਹੈ ਇਹਨਾਂ ਨੂੰ? ਦੱਸੋ ਰੱਖਣ ਤਾਰੇ ਕਰੋ ਕੀ ਕੀਤਾ ਪਹਿਲਾ ਬ੍ਰੇਕ, ਤੇ ਇੱਥੇ ਇੱਕ ਪਿੰਡ ਪੈਂਦਾ ਇਹ ਦੋੜੋ ਕਰਕੇ, ਉੱਥੇ ਅਸੀਂ ਬ੍ਰੇਕ ਕੀਤਾ ਹੁਣ ਪਹਿਲਾਂ, ਕਿਉਂਕਿ ਸਾਨੂੰ ਵਿਊ 'ਚ ਵਧੀਆ ਆਏਗਾ ਇੱਥੇ ਬ੍ਰੇਕ ਕਰਨੇ ਆ। ਅਤੇ ਪਾਰਕਿੰਗ ਆਪਾਂ ਪੇ ਕਰ ਲਈਏ, 50% ਭਰੇ ਨੇ, ਅਤੇ ਇੱਥੇ ਹੁਣ ਪਿੰਡ ਘੁੰਮਾਂਗੇ। ਮੈਂ ਕਿਹਾ ਨਾਲ ਲੱਤਾਂ ਲੁੱਤਾਂ ਖੋਲ ਲੈਂਦੇ ਹਾਂ, ਉਹੀ ਹੈ, ਮੈਂ ਕਿਹਾ ਇੱਥੋਂ ਵਿਊ 'ਚ ਵਧੀਆ ਆਏ ਸੀ ਅਤੇ ਗੇੜੀ ਕੱਢ ਲੈਂਦੇ ਹਾਂ। ਹੁਣ ਅਵਲੀਨ ਵੀ ਖੁਸ਼ ਹੋਈ, ਪਹਿਲਾਂ ਨਰਵਸ ਹੀ ਹੋਈ ਸੀ ਵਿੱਚ। ਸੋ ਆਹ ਜਿਹੜਾ ਪਿੰਡ ਹੈ ਪੈਂਦਾ ਹੈ ਰੀਜਨ ਹੈ ਜਿਹੜਾ ਲੰਬਾਰਦੀ ਆ, ਜਿਵੇਂ ਆਪਣਾ ਪੰਜਾਬ ਹੈ ਉਵੇਂ ਲੰਬਾਰਦੀ ਇੱਥੇ ਦਾ ਰੀਜਨ ਹੈ। ਬਰੇਸ਼ੀਆ ਵੀ ਇਹਦੇ 'ਚ ਹੀ ਪੈਂਦਾ। ਅਤੇ ਬੱਚਾ ਪਾਰਟੀ ਇੱਥੇ ਖੜ ਗਿਆ, ਆ ਜਾਓ ਬੱਚੋ ਕੀ। ਹਾਂ, ਮੇਰੇ ਹਿਸਾਬ ਨਾਲ ਮੈਪ ਮੂਪ ਜਿਹਾ ਬਣਾ ਕੇ ਦਿਖਾਉਂਦੇ ਪਏ ਨੇ। ਹਾਂ, ਸੋ ਇੱਥੇ ਸਮਝਾਏ ਆ ਸਾਰਾ ਕੁਛ, ਇਹ ਦੋੜੋ ਪਿੰਡ ਹੈ ਅਤੇ ਵੱਲ
ਕਾਮੋਨਿਕਾ ਬੋਲਦੇ ਨੇ ਸਾਰੀ ਵੈਲੀ ਇਹ ਯਾਰ ਦੇਖੋ ਉੱਚੇ ਉੱਚੇ ਪਹਾੜ ਵੀ ਹੈਗੇ ਨੇ ਇੱਥੇ ਬਰਫ਼ ਵਾਲੇ ਨੇ ਅਤੇ ਇੱਧਰ ਸਾਡੇ ਫੋਟੋਗ੍ਰਾਫਰ ਸਰ ਜੀ ਫੋਟੋ ਖਿੱਚਦੇ ਪਏ ਨੇ ਫਿਰ ਇਹਨਾਂ ਦੀ ਇੱਕ ਵਧੀਆ ਗੱਲ ਹੋ ਰਿਹਾ ਨਾ ਵੀ ਆਪਣੇ ਚੌਂਕਾਂ ਚਾਂਕਾਂ ਜਿਵੇਂ ਟੂਟੀਆਂ ਟਾਟੀਆਂ ਲਾ ਛੱਡਦੇ ਨੇ ਇੱਕ ਤਾਂ ਸੋਹਣੀਆਂ ਲੱਗਦੀਆਂ ਫਿਰ ਪਾਣੀ ਪੀਣ ਵਾਲਾ ਵੀ ਹੈਗਾ ਪੀ ਵੀ ਸਕਦੇ ਹਾਂ ਅਤੇ ਨਿਆਣੇ ਹੋ ਗਏ ਵੀ ਖਿੱਚ ਦਾ ਕੇਂਦਰ ਬਣ ਜਾਂਦਾ ਨਿਆਣਿਆਂ ਦਾ ਹੁਣ ਦੇਖੀ ਮੌਕਮ ਸਾਡੇ ਦੇ ਕੰਮ ਵੀ ਪਹਿਲਾਂ ਹੀ ਮੈਂ ਦੱਸ ਸਕਦਾ ਪਾਣੀ ਨੂੰ ਹੱਥ ਪੱਖਾ ਲਾਏਗਾ ਮੌਕਮ ਚਲੋ ਜੀ ਲਾ ਕਿਵੇਂ ਠੰਡਾ ਲੱਗੇ ਗਰਮ ਏ ਠੰਡਾ ਮੌਕਮ ਨਹਾਉਣਾ ਬੇਟੇ ਉਹ ਪੁੱਛਣਾ ਥੋੜ੍ਹੀ ਤੁਸੀਂ ਪਹਿਲਾਂ ਛੇੜ ਲੈਣਾ ਮੈਨੂੰ ਫਿਰ ਪੁੱਛਣਾ ਤੁਸੀਂ ਆਪਾਂ ਵੀ ਹੱਥ ਲਾ ਹੀ ਲਈਏ ਨਿਆਣੇ ਨਾਲ ਨਿਆਣੇ ਹੋਈ ਜਾਈਦਾ ਆਹਾ ਠੰਡਾ ਸੱਚੀ ਮੁੱਚੀ ਯਾਰ ਪਾਣੀ ਆਹ ਚੀਜ਼ ਦੇਖੋ ਇਹਨਾਂ ਨੇ ਜਿਵੇਂ ਕਹੋ ਨਦੀ ਲੰਘਦੀ ਪਈ ਹੈ ਪਿੰਡ ਦੇ ਵਿੱਚੋਂ ਵਿੱਚੋਂ ਸਾਫ਼ ਸਫਾਈ ਅਤੇ ਦੇਖੋ ਕਿੱਦਾਂ ਸੋਹਣਾ ਮਾਹੌਲ ਜਿਹਾ ਬਣਾਇਆ ਇੱਥੇ ਆਹ ਚੈੱਕ ਕਰੋ ਕਿੱਡਾ ਪਿਆਰਾ ਲੱਗਦਾ ਪਿਆ ਦੇਖ ਕੇ ਐਨ ਪੱਕਾ ਕੀਤਾ ਕੰਮ ਥੱਲੂ ਪਾਣੀ ਵੀ ਸਾਫ਼ ਨਜ਼ਰ ਆਉਂਦਾ ਵੈ ਕੀ ਦੇਖਦੇ ਪਿਓ ਕੁੱਚੀ ਨਹਿਲ ਹੈ ਓਹੋ ਫੋਟੋ ਸੈਸ਼ਨ ਚੱਲਦਾ ਪਾ ਹੁਣ ਨਿਆਣੇ ਸਾਡੇ ਕੋਲ ਫੋਟੋ ਖਿਚਾਉਣ ਦੀ ਕੋਸ਼ਿਸ਼ ਕਰਨੇ ਪਿਆ ਪਰ ਪੋਜ ਪਾ ਸੈੱਟ ਨਹੀਂ ਪੈਂਦਾ ਪੈਗਾ ਪਰ ਵਿਊ ਘੈਂਟ ਆਉਂਦੇ ਪਿੰਡ ਪਿੱਛੋਂ ਆਏ ਹੈ ਇਹ ਫੋਟੋ ਦੇਖ ਲਓ ਦੇਖ ਚੀ ਨਹੀਂ ਤੇ ਹੁਣ ਆਪਾਂ ਅਫਰੀਕਾ ਪਿੰਡ ਦੇ ਵਿੱਚ ਰੁਕਿਆ ਜਿੱਥੇ ਆਪਾਂ ਨੂੰ ਲੱਭ ਗਿਆ ਇੱਕ ਆਪਣੇ ਪੰਜਾਬੀ ਭਰਾ ਦਾ ਪਿਸਰੀਆ ਕਬਾਬ ਤੇ ਇੱਥੇ ਆਪਾਂ ਰੁਕ ਕੇ ਰੋਡ ਸਾਈਡ ਤੇ ਜਾਂਦੇ ਜਾਂਦੇ ਵੀ ਸੈਂਟਰ ਦੇ ਵਿੱਚ ਬਣੀ ਦੁਕਾਨ ਉੱਥੇ ਰੁਕਿਆ ਤੇ ਉੱਥੇ ਬਹਿ ਕੇ ਹੁਣ ਆਪਾਂ ਆਪਣਾ ਲੰਚ ਕਰਨ ਲੱਗੇ ਹਾਂ ਲੰਚ ਦੇ ਵਿੱਚ ਕੀ ਖਾਣ ਪੀਣ ਨੂੰ ਮਿਲੇਗਾ ਉਹ ਤੁਹਾਨੂੰ ਦਿਖਾਉਂਦੇ ਹਾਂ ਲੋ ਗਾਇਸ ਫਿਰ ਆਪਾਂ ਇੱਥੇ ਲੈਣੇ ਪੀਜ਼ੇ ਦੋ ਪੀਜ਼ੇ ਲੈਣੇ ਮੌਕਮ ਨੇ ਲਿਆ ਪਿਆਦੀਨਾ ਅਤੇ ਸੈਬੀ ਨੇ ਪੀਜ਼ਾ ਲਿਆ ਚਪੋਲੇ ਵਾਲਾ ਅਤੇ ਇੱਕ ਹੋਰ ਪੀਜ਼ਾ ਲਿਆ ਅਤੇ ਇੱਕ ਹੋਰ ਸ਼ਾਇਦ ਪਨੀਰ ਨੂੰ ਦੇਖ ਲੈਂਦੇ ਹਾਂ ਵੀ ਜੇ ਲੋੜ ਪਈ ਹੋਰ ਲੈ ਲਵਾਂਗੇ ਅਤੇ ਹੁਣ ਆਪਾਂ ਲੰਘਣੇ ਪਿਆ ਪਿੰਡ ਤਿਰਾਨੋ ਦੇ ਵਿੱਚੋਂ ਫਾਟਕ ਇੱਥੇ ਫਾਟਕ ਵੀ ਲੱਗਦੇ ਨੇ ਅਤੇ ਟ੍ਰੇਨ ਲੰਘਦੀ ਪਈ ਹੋਈ ਪਰੀਨ ਐਕਸਪ੍ਰੈਸ ਜਿਹਦੀ ਆਪਾਂ ਗੱਲ ਕਰਦੇ ਪਈ ਇਹ ਸੇਮ ਰੂਟ ਹੈ ਅਤੇ ਆਪਾਂ ਉਹਨਾਂ ਰੂਟ ਵੀ ਗੱਡੀ ਰਾਹੀਂ ਰੋਡ ਕਰਾਂਗੇ ਅਤੇ ਟ੍ਰੇਨ ਰਾਹੀਂ ਵੀ ਆਪਾਂ ਕਰ ਸਕਦੇ ਹਾਂ ਸੇਮ ਪਰੀਨਾ ਪਾਸ ਬੋਲਦੇ ਜਿਹਨੂੰ ਅਤੇ ਆਪਾਂ ਗੱਡੀ ਰਾਹੀਂ ਵੀ ਕਰ ਸਕਦੇ ਅਸੀਂ ਟ੍ਰੇਨ ਦੇ ਨਾਲ ਨਾਲ ਜਾਂਦੇ ਪਏ ਦੇਖਿਆ ਹਾਂ ਵਿੱਚ ਨਹੀਂ ਬੈਠੇ ਨਾਲ ਨਾਲ ਬੈਠੇ ਇੱਕ ਹੋਰ ਖਾਸ ਗੱਲ ਦੱਸਣੀ ਆ ਏਰੀਏ ਦੀ ਹੁਣ ਜਿਵੇਂ ਆਪਾਂ ਇਟਲੀ ਤੋਂ ਸਵਿਟਜ਼ਰਲੈਂਡ ਦੇ ਵਿੱਚ ਐਂਟਰ ਹੋਏ ਹਾਂ ਅਤੇ ਲੋਕ ਕੀ ਕਰਦੇ ਨੇ ਕੁਝ ਵੀ ਸਵਿਟਜ਼ਰਲੈਂਡ 'ਚ ਕੰਮ ਕਰਦੇ ਰਹਿੰਦੇ ਇਟਲੀ 'ਚ ਨੇ ਅਤੇ ਇਹ 'ਚ ਵੱਡਾ ਸਭ ਤੋਂ ਵੱਡਾ ਫਾਇਦਾ ਹੈ ਵੀ ਇਟਲੀ ਜਿਹੜੀਆਂ ਸਵਿਟਜ਼ਰਲੈਂਡ ਦੀਆਂ ਤਨਖਾਹਾਂ ਨੇ ਜ਼ਿਆਦਾ ਨੇ
ਮਹੀਨੇ ਦੇ ਲੋਕ 5,000 ਫਰੈਂਕ ਵੀ ਕਮਾ ਲੈਂਦੇ ਨੇ ਅਤੇ ਜਿਹੜੇ ਕਿ ਇਟਲੀ ਦੇ 6,000 ਯੂਰੋ ਬਣ ਜਾਂਦੇ ਨੇ ਵੀ ਜਿਹੜੇ ਵੀ ਠੀਕ ਠਾਕ ਤਨਖਾਹ ਬਣ ਜਾਂਦੀ ਅਤੇ ਜਿਹੜੀ ਰੇਟ ਜਾ ਕੇ ਤੁਹਾਡੀ ਤਨਖਾਹਾਂ ਰੁਪਈਆਂ 'ਚ ਗੱਲ ਕਰੀਏ ਤਾਂ ਆਪਾਂ ਨੂੰ 6,954,5 ਲੱਖ ਰੁਪਏ ਤਨਖਾਹ ਬਣਦੀ ਹੈ ਇੰਡੀਆ ਦੇ ਹਿਸਾਬ ਨਾਲ ਲਾਈਏ ਤਾਂ ਅਤੇ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਜਿਹੜਾ ਖਰਚਾ ਫਿਰ ਰਹਿਣ ਦਾ ਖਾਣ ਪੀਣ ਦਾ ਜ਼ਿਆਦਾ ਹੋ ਜਾਂਦਾ ਕਿਉਂਕਿ ਮਹਿੰਗਾ ਅਤੇ ਇਟਲੀ ਫਿਰ ਸਸਤਾ ਪੈ ਜਾਂਦਾ ਫਿਰ ਜਿਹੜੇ ਇਹ ਲੋਕ ਬਾਰਡਰਾਂ 'ਚ ਰਹਿੰਦੇ ਨੇ ਇੱਥੇ ਉਹਨਾਂ ਨੂੰ ਬੜਾ ਵੱਡਾ ਫਾਇਦਾ ਹੈਗਾ ਇਹਦੇ ਏਰੀਏ 'ਚ ਰਹਿਣ ਵਾਲਿਆਂ ਨੂੰ ਸੋ ਇਹ ਚੈੱਕ ਕਰੋ ਜੀ ਇਹ ਹੈਗੇ ਨੇ ਸਵਿਸ ਫਰੈਂਕ ਜਿਹੜੇ ਕਿ ਆਪਾਂ ਆਪਣੇ ਕੋਲ ਹੈਗੇ ਨੇ ਕਿਉਂਕਿ ਤੁਹਾਨੂੰ ਪਤਾ ਆਪਾਂ ਪਹਿਲਾਂ ਵੀ ਗਏ ਹਾਂ ਅਤੇ ਆਪਣੇ ਕੋਲ ਭਾਣ ਬਚੀ ਹੋਈ ਹੈ ਅਤੇ ਮੈਂ ਤਾਂ ਦਿਖਾਏ ਨੇ ਇੱਥੇ ਆਪਾਂ ਨੂੰ ਚਾਹੀਦੇ ਹੁਣ ਪਾਰਕਿੰਗ ਪੇ ਕਰਨੀ ਹੈ ਇੱਥੇ ਆਪਾਂ ਨਵਾਂ ਸਟੋਪ ਕੀਤਾ ਇੱਕ ਇੱਥੇ ਲੇਕ ਹੈਗੀ ਹੈ ਇੱਥੇ ਬੈਕ ਸਾਈਡ 'ਤੇ ਅਤੇ ਉਹ ਦੇਖਣ ਜਾਵਾਂਗੇ ਹੁਣ ਅਤੇ ਅੱਜ ਫਿਰ ਪਾਰਕਿੰਗ ਦਾ ਹਿਸਾਬ ਕਿਤਾਬ ਦੇਖ ਲਈਏ ਕੀ ਚੱਕਰ ਹੈ ਅੱਛਾ ਇੰਸਰੀ ਦੇ ਨੰਬਰ ਤਾਰਗਾ 48 ਚੱਲਦੀ ਹੈ ਤਾਰਗਾ ਨੰਬਰ ਭਰਨਾ ਆਪਣੀ ਗੱਡੀ ਦਾ ਆਪਾਂ ਪਾਰਕਿੰਗ ਆਪਾਂ ਪੇ ਕਰਤੀ ਹੈ ਇੱਕ ਫਰੈਂਕ ਆਪਾਂ ਦਿੱਤਾ ਹੈ ਅਤੇ ਜਿਹਦੇ 'ਚ ਆਪਾਂ 2 ਘੰਟੇ ਤਕਰੀਬਨ ਇੱਥੇ ਪਾਰਕ ਕਰ ਸਕਦੇ ਹਾਂ ਸਲਿੱਪ ਵਗੈਰਾ ਕੋਈ ਨਹੀਂ ਨਿਕਲੀ ਹੈਗੀ ਨੰਬਰ ਪਲੇਟ ਜਿਵੇਂ ਆਪਾਂ ਭਰੀਏ ਅਤੇ ਉਹਦੇ ਨਾਲ ਰਜਿਸਟ੍ਰੇਸ਼ਨ ਹੋ ਜਾਂਦੀ ਔਨਲਾਈਨ ਇਲੈਕਟ੍ਰੋਨਿਕ ਇੱਥੇ ਪਹਿਲਾਂ ਵੀ ਆਏ ਆਪਾਂ ਤੁਹਾਨੂੰ ਯਾਦ ਹੈ ਉਦੋਂ ਆਪਾਂ ਇੱਥੇ ਕੀ ਖਾਧਾ ਸੀ ਕੁਛ ਪਾਨੀਆਂ ਖਾਧੀਆਂ ਸੀ ਇੱਥੇ ਬੈਠ ਕੇ ਤੀਜੀ ਵਾਰ ਆਇਆ ਮੌਕਾ ਤੂੰ ਪਹਿਲਾਂ ਕਿਹਦੇ ਨਾਲ ਆ ਗਏ ਅੱਛਾ ਮੈਡਮ ਤੈਨੂੰ ਲੈ ਗਈ ਇੱਥੇ ਪਾਣੀ ਦੇ ਕਿੰਨਾ ਉੱਪਰ ਤੱਕ ਆਏ ਹੈ ਡੂੰਘਾ ਹੈ ਹਾਂ ਜਦੋਂ ਪਿਛਲੀ ਵਾਰ ਆਏ ਸੀ ਆਪਾਂ ਘੱਟ ਸੀ ਪਾਣੀ ਰੰਗ ਚੈੱਕ ਕਰੋ ਫੀਲ ਚੈੱਕ ਕਰੋ ਮੈਂ ਕਿਹਾ ਇੱਧਰ ਦੇਖੀ ਆਹ ਵੀ ਚੈੱਕ ਕਰ ਰਿਹਾ ਕਿੰਨਾ ਸੋਹਣਾ ਲੱਗਦਾ ਫਿਰ ਤੂੰ ਹਨਾ ਰੰਗ ਪਾਣੀ ਦਾ ਦੇਖੀ ਕਿੱਡਾ ਸੋਹਣਾ ਆਇਆ ਮੈਂ ਨਿਆਣੇ ਨੂੰ ਕਹਿੰਦਾ ਨਾ ਜਾਇਓ ਉਹ ਮਾਤਾ ਜੀ ਉਹਨਾਂ ਦੀ ਮਾਤਾ ਜੀ ਦੇਖ ਲਓ ਕਿੱਥੇ ਜਾਂਦੀ ਪਈ ਮੰਮਾ ਨੂੰ ਬਹੁਤ ਡਰਨਾ ਪੈ ਪਾਣੀ ਦਾ ਰੰਗ ਦੇਖ ਕਿੱਦਾਂ ਸੋਹਣਾ ਕਿੰਨੀ ਤੇਜ਼ ਆਉਂਦਾ ਪੈ ਨਾਲੇ ਪਾਣੀ ਦੇਖੀ ਉਹ ਫਿਰ ਤੇਜ਼ ਆਉਂਦਾ ਪੈ ਇੱਧਰ ਆ ਕੇ ਖੜੀ ਜਾਂਦਾ ਪੈਣਾ ਜਦੋਂ ਬਹਿ ਜਾਂਦਾ ਉਦੋਂ ਹੋ ਜਾਂਦਾ ਇੱਕ ਜਿਹੜਾ ਕਹਿ ਦੋ ਲਿਆ ਹੁਣ ਆਪਾਂ ਲਿਵੀਨੋ ਚੱਲਿਆ ਵੀ ਟੈਂਟ ਲਾਉਣਾ ਫਿਰ ਆਪਾਂ ਵੀ ਕਰਨੇ ਆ ਗਈ ਵਾਰ ਤੇ ਸਭ ਕਿਵੇਂ ਦਾ ਲੱਗੇਗਾ ਵਧੀਆ ਲੱਗੇਗਾ ਤੇ ਤੂੰ ਕਿਹਦੇ ਨਾਲ ਐਕਸਾਈਟਮੈਂਟ ਹਾਈ ਤੁਹਾਡੀ ਹੈ ਹਾਂਜੀ ਮਸਤੀ ਕਰਾਂਗੇ ਉੱਥੇ ਹੈ ਨਾ ਤੇ ਇੱਕ ਗੇਮ ਜ਼ਰੂਰ ਭਰਨੀ ਪੈਣੀ ਹੈ ਵੀ ਜੁਰਾਸਿਕ ਵਰਲਡ ਦਾ ਗੇਮ ਉਹ ਤੇ ਗੇਮਾਂ ਖੇਡਣ ਜਾਣਾ ਤੁਸੀਂ ਕੋਈ ਹਾਂਜੀ ਆਹੋ ਕੁੱਕੜ ਬਣਾ ਦੇਣਾ ਸਾਰਾ ਸਾਹਮਣੇ ਆਹੋ ਤੇ ਫਿਰ ਹੁਣ ਗੱਡੀ 'ਚ ਚੱਲੇ ਆ ਜਿਹੜੇ ਹੁਣ ਆਪਾਂ ਰੋਡ 'ਤੇ ਹਾਂ ਪਹਾੜਾਂ 'ਤੇ ਰੋਡ ਹੋਣ ਕਰਕੇ ਇੱਕ ਹੋਰ ਚੀਜ਼ ਤੁਹਾਨੂੰ ਦਿਖਾਉਂਦੇ ਹਾਂ ਸਵਿਟਜ਼ਰਲੈਂਡ ਵਾਲੇ ਕੀ ਕੰਮ ਕਰਦੇ ਪਏ ਇੱਥੇ ਆਹ ਦੇਖਣੇ ਪਏ ਜਿੱਥੇ ਜਿੱਥੇ ਪੱਥਰ ਪੁੱਥਰ ਦਰਖਤ ਦੁੱਖ ਟੁੱਟੇ ਡਿੱਗ ਜਾਂਦੇ ਹੋਣਗੇ ਉੱਥੇ ਜਾਲੀਆਂ ਲਾਉਂਦੇ ਪਏ ਨੇ ਵੀ ਕਿੰਨੀ ਮਿਹਨਤ ਦਾ ਕੰਮ ਹੈ
ਖੂਬ ਨਜ਼ਾਰੇ ਸੀ ਇੱਥੇ ਵੀ ਇੱਕ ਹੋਰ ਫਿਰ ਬ੍ਰੇਕ ਕੀਤਾ ਸੀ ਹੁਣ ਬੜਾ ਹੀ ਸੋਹਣਾ ਇਨਵਾਇਰਮੈਂਟ ਸੀ ਯਾਰ ਇੱਥੇ ਦਾ ਵੀ ਰੋਡ ਟ੍ਰਿਪ ਦਾ ਮਜ਼ਾ ਹੀ ਇਹੀ ਆਉਂਦਾ ਵੀ ਜਗ੍ਹਾ ਜਗ੍ਹਾ 'ਤੇ ਰੁਕੋ ਅਤੇ ਕੁਦਰਤ ਦੀ ਖੂਬਸੂਰਤੀ ਨੂੰ ਤੁਸੀਂ ਮਾਣ ਸਕੋ ਸ਼ਾਂਤੀ ਨੂੰ ਘਰ ਲੈ ਕੇ ਜਾ ਸਕੋ ਅਤੇ ਹੁਣ ਆਪਾਂ ਚੱਲੇ ਫਿਰ ਸਿੱਧਾ ਕੈਂਪਿੰਗ ਦੇ ਵਿੱਚ ਹੁਣ ਨਹੀਂ ਬ੍ਰੇਕ ਕਰਨੀ ਸ਼ਾਂਤੀ ਅੰਦਰੂਨੀ ਸ਼ਾਂਤੀ ਆ ਅੰਦਰੂਨੀ ਸ਼ਾਂਤੀ prenotazione col nome di Bulbir, ti avevo mandato il messaggio anche stamattina. Ok ji, te fer hon appa aa chuke hain camping de vich. ਅਤੇ ਹੁਣ ਤੁਹਾਨੂੰ ਆਪਣਾ ਦਿਖਾਉਂਦੇ ਹਾਂ ਸੈਟਅਪ ਮਾੜਾ ਜਿਹਾ ਅਤੇ ਇੱਥੇ ਆ ਕੇ ਆਪਾਂ ਸਿੱਧਾ ਪਹਿਲਾਂ ਕੈਂਪਿੰਗ ਵਾਲੇ ਕੋਲ ਗਏ ਸੀ ਉੱਥੇ ਗੱਲ ਕੀਤੀ ਅਤੇ ਫਿਰ ਇੱਥੇ ਆ ਕੇ ਆਪਣਾ ਪਿਆਸੋਲਾ ਜਿਵੇਂ ਪਿੱਚ ਮਿਲ ਗਈ ਆਪਾਂ ਨੂੰ ਇੱਕ ਅਤੇ ਉਹਦੇ ਉੱਪਰ ਆਪਾਂ ਆਪਣਾ ਟੈਂਟ ਲਾਇਆ ਗੱਦੇ ਗੁੱਦੇ ਫੈਲਾ ਲਏ ਨੇ ਅਤੇ ਨਿਆਣੇ ਮਸਤੀ ਕਰਦੇ ਪਏ ਨੇ ਖੇਡਦੇ ਪਏ ਨੇ ਇਹ ਕੁਛ ਜ਼ਿਆਦਾ ਹੀ ਕਰਦਾ ਪਿਆ ਅਤੇ ਸਮਾਨ ਹਿਸਾਬ ਲਾ ਲਓ ਤੁਸੀਂ ਕਿੰਨਾ ਲੈ ਕੇ ਆਉਂਦਾ ਕੈਂਪਿੰਗ ਕਰਨੀ ਹੋਏ ਤਾਂ ਇਹ ਹਿਸਾਬ ਰਹਿੰਦਾ ਚੱਪਲਾਂ ਜੁੱਤੀਆਂ ਆਪਣੀਆਂ ਸਾਰੀਆਂ ਨਾਲ ਲੈ ਕੇ ਆਉਣੀਆਂ ਪੈਂਦੀਆਂ ਉੱਪਰੋਂ ਬਾਉਲੇ ਸਾਰਾ ਖਾਲੀ ਕਰ ਲਿਆ ਅਤੇ ਬਾਕੀ ਆਸਾ ਪਾਸਾ ਦੇਖ ਲਓ ਮਾੜਾ ਜਿਹਾ ਕਿੰਨਾ ਸੋਹਣਾ ਅਤੇ ਇੱਦਾਂ ਦਾ ਇਨਵਾਇਰਮੈਂਟ ਹੈ ਅਤੇ ਅਗਲੇ ਆਪਾਂ ਕੁਛ ਦਿਨ ਇੱਥੇ ਰੁਕਣਾ ਅਤੇ ਬੜੀਆਂ ਸੋਹਣੀਆਂ ਜਗ੍ਹਾਵਾਂ ਹੈਗੀਆਂ ਐਕਸਪਲੋਰ ਕਰਨ ਵਾਲੀਆਂ ਉਹ ਜਾਣੀਆਂ ਹੋਰ ਬੜੀਆਂ ਇੰਟਰਸਟਿੰਗ ਗੱਲਾਂ ਹੈਗੀਆਂ ਜਾਣਨ ਵਾਲੀਆਂ ਏਰੀਆ ਦੇ ਵਿੱਚ ਉਹ ਤੁਹਾਨੂੰ ਆਪਾਂ ਦੱਸਾਂਗੇ ਅਗਲੇ ਵਲੋਗਾਂ ਦੇ ਵਿੱਚ ਸੋ ਇਸ ਕਰਕੇ ਸਾਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਪਹਿਲੀ ਵਾਰ ਆਏ ਹੋ ਚੈਨਲ 'ਤੇ ਅਤੇ ਸ਼ੇਅਰ ਜ਼ਰੂਰ ਕਰ ਦਿਓ ਵੀ ਸਾਨੂੰ ਇਹਦੇ ਨਾਲ ਸਪੋਰਟ ਮਿਲੇਗੀ ਅਤੇ ਹੁਣ ਸ਼ਾਮ ਨੂੰ ਅਸੀਂ ਜੇ ਬਾਹਰ ਗਏ ਅਤੇ ਕੁਝ ਖਾਣਾ ਪੀਣਾ ਕਰਾਂਗੇ ਉਹਦੇ ਜਿਹੜੇ ਲਾਸਟ ਵਾਲੇ ਜਿਹੜੇ ਸ਼ੋਟ ਨੇ ਉਹ ਤੁਹਾਨੂੰ ਦਿਖਾ ਦਾਂਗੇ ਕੁਛ ਲਾ ਕੇ ਵਲੋਗ ਦੇ ਐਂਡ ਦੇ ਵਿੱਚ ਅਤੇ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ ਦਿਓ ਇਜਾਜ਼ਤ ਬਾਏ ਬਾਏ ਅਤੇ ਸਤਿ ਸ਼੍ਰੀ ਅਕਾਲ ਜੀ ਬੱਚਾ ਬਾਡੀ ਅਤੇ ਇੱਥੇ ਪਾਰਕ ਵੀ ਹੈਗੀ ਇੰਨਾ ਸ਼ੁਕਰ ਹੈ ਨਿਆਣੇ ਤੁਹਾਡਾ ਖੇਡ ਖੁੱਡ ਦੇ ਲੈਣਗੇ ਚਲੋ ਕੋਈ ਨਹੀਂ ਇੰਨਾ ਵਸਤੀ ਆਏ ਹਾਂ ਸੋ ਥੱਕ ਅਸੀਂ ਵਾਹਵਾ ਗਏ ਹਾਂ ਅਤੇ ਫਿਰ ਇਸ ਕਰਕੇ ਹੁਣ ਚਾਹ ਬਣ ਲੱਗੀ ਹੈ ਚੁੱਲ੍ਹਾ ਆਪਣਾ ਕੋਲ ਹੈਗਾ ਹੀ ਹੈ ਬੇਟੇ ਸਾਰਾ ਪੈਕਟ ਤੂੰ ਲੈ ਲਿਆ ਉਹਨਾਂ ਨੇ ਵੀ ਖਾਣਾ ਨਾ ਪਤਾ ਮੈਨੂੰ ਵੀ ਸਵਾਦ ਲੱਗੀ ਪਰ ਐਵੇਂ ਨਹੀਂ ਨਾ ਕਰੀਦਾ ਹੈਗਾ ਲੈ ਲੈਂਦਾ ਬੇਟਾ
ਨਮਕੀਨ ਪਿੱਛੇ ਲੜ ਪਏ ਨੇ, ਦੋ ਪੈਕਟ ਲੈ ਕਹਿੰਦੇ ਮਹਾਰਾਣੀ ਇੱਕ ਘਰ ਛੱਡਿਆ ਜੀ ਮੁਕਮ ਦੇਖਦਾ ਮੈਂ ਤੇਰਾ ਦੇਖਦਾ ਉਹ ਦੇਖ ਕਿਵੇਂ ਪੈਂਦੇ